ਵਿਧੀ ਜਾਂਦੀ ਇਹਦਾ ਲੰਗਰ ਦਿੱਲੀ ਤੋਂ ਚੱਲ ਪਈ ਟ੍ਰੇਨ ਤੇ ਸਾਡੇ ਚੈਨ ਨੂੰ ਮਿਲ ਗਏ ਆ ਲੰਗਰ ਚ ਚੌਲ ਚ ਦਾ ਕੜੀ ਇਹਦਾ ਲਿਆ ਲੰਗਰ ਚ ਲੈਣ मथरे पहुंच गया तो पूरा रश सारे सौन दिया तैयारियां डे कर। आ गया सिकंदर चाह प्याल तारी चाह बना के लिया। ट्रेन पहुंच गई मनवाड़ ते इत्थे भी लंगर पानी डिया चलन। इत्थे भी बाबे लंगर लैके आंदे आ सेवा चलदी आ लैणा लगियां लंगर दे प्रसादे। वड़ा पाओ वाले भी केले वाला जूस सहज बड़ा पाव वाला देख ਲੈ ਵੀ ਇਹ ਟ੍ਰੇਨ ਹਾਰਨ ਮਾਰਨ ਤੇ ਇਥੇ ਕਰਤਾ ਹੀ ਚੇਂਜ ਹੈ B6 ਸਾਰਾ ਕੁਛ ਮਿਲਦਾ ਟ੍ਰੇਨ ਚ ਕਾਜੂ ਬਾਦਾਮ ਬੋਲ ਕਿਸ਼ਮਿਸ਼ ਦਾ ਉਹ ਦੇਖ ਰਿਹਾ ਤੇ ਕੋਲੀ ਜਮਾਨ ਜਣਾ ਲੋ ਮਾਨੋ ਦੇ ਲੈਣਾ ਕਿਸ਼ਮਿਸ਼ ਲੈਣਾ ਕਿਸ਼ਮਿਸ਼ ਕਾਜੂ ਬਾਦਾਮ ਇਹ ਆ ਗਿਆ ਮਹਾਰਾਸ਼ਟਰ ਦਾ ਏਰੀਆ ਫਸਲਵਾੜੀ ਫਿਰ ਪਾਣੀ ਤਾਣੀ ਦੇ ਕਰਕੇ ਵੇਖ ਲਓ ਇਦਾਂ ਦਾ ਹੀ ਆ ਉੱਚੇ ਨੀਵੇਂ ਥਾਵਾਂ ਤੇ ਤੇ ਆ ਮਾੜੀ ਮੋਟੀ ਜੇ ਦੇਖਦੇ ਫੁੱਲ ਰੰਗਾਬਾਦ ਨੂੰ ਜਾਂਦੇ ਆ ਕਵਾੜਖਾਨਾ ਤੇ ਪਹਾੜੀਆਂ ਵਿਊ ਰੰਗਾਬਾਦ ਨੂੰ ਜਾਂਦੇ ਆ ਦੱਸੋ ਨਿਸ਼ਾਨ ਆ ਬੀਆਬਾਨ ਆ ਪੱਥਰ ਏਰੀਆ ਵਾ ਫਸਲਵਾੜੀ ਵੀ ਹੈਨੀ ਆ ਇੱਧਰ ਸਾਡੇ ਇੰਜਣ ਦਾ ਧੂੰਆਂ ਨਿਕਲ ਲਿਆ ਪੂਰੇ ਜੋਰਾਂ ਦੇ ਜੋਰ ਲੱਗਣ ਡਿਆ ਆਪੂ ਵੀ ਚੱਲਣ ਡਿਆ ਜੀ ਆਹ ਫਾਰਮ ਆਇਆ ਇੱਥੇ ਥੋੜ੍ਹੇ ਬਹੁਤੇ ਪੱਠੇ ਦੇਖਦੇ ਆ ਜਵਾਰ ਵਗੈਰਾ रखी इन्होंने फार्म वधिया थोड़ी बहुत कणक भी आ बाकी अज इदा नहीं फसल वा सब्जी भी बीजी आ बाजरा बाजरे के खेत इधर सोके बीज बनता इधर तैयार होना बाजरा मेरी फसल जाती आ लसन दिया क्यारियां चले आ ट्रेन का व्यू इधर हरियाणा वाली फैमिली
ਸਾਡਾ ਕਾਕਾ ਹਰਿਆਣੇ ਵਾਲਾ ਕੁਲਫੀ ਤੋਂ ਲੜ ਗਿਆ ਇਹਨੂੰ ਵੀ ਕੁਲਫੀ ਚਾਹੀਦੀ ਹੈ ਇਹ ਵੀ ਕੁਲਫੀ ਮੰਗਦਾ ਕੁਲਫੀ ਕੁਲਫੀ ਵਾਲਾ ਆਇਆ ਭਾਈ ਤੇ ਇਧਰ ਨਿਆਣੇ ਡੈਵੇ ਕੁਲਫੀਆਂ ਵੇਖ ਕੇ ਭੁੜਕਣ ਕੁਲਫੀ ਪੰਜਾਬ ਚਾਲਣਾ ਪਹੁੰਚ ਗਈ ਆ ਤੇ ਮੌਸਮ ਬਹੁਤ ਜ਼ਿਆਦਾ ਚੇਂਜ ਹੋ ਗਿਆ ਕਿਤੇ ਠੰਡ ਹੀ ਪੰਜਾਬ ਦੇ ਕਿਤੇ ਪੂਰੀ ਗਰਮੀ ਆ ਜਿੱਦਾਂ ਆਪਣੇ ਅਪ੍ਰੈਲ ਦੇ ਵਿੱਚ ਨੀ ਮਈ ਅਪ੍ਰੈਲ ਦੇ ਵਿੱਚ ਉਹ ਮੌਸਮ ਆ ਇੱਥੇ ਹੁਣ ਆ ਸਾਡਾ ਵੀਸਾ ਸਾ ਸਹਿਜ ਪੂਰਾ ਤਿਆਰ ਬੈਠਾ ਬੈਗ ਕੱਢ ਗਿਆ ਦਾ ਜਦੋਂ ਟ੍ਰੇਨ ਰੁਕੀ ਬਸ ਸਾਲ ਮਾਰਨੀ ਸਹਿਜ ਪੂਰਾ ਤਿਆਰੀ ਜਾ ਫੋਰਮ ਚ ਨੰਦੇੜ ਸਾਹਿਬ ਆ ਗਿਆ ਆ ਜਿਹੜੇ ਕੱਲ ਦੇ ਬੈਠੇ ਸਾਹਿਬ ਆਉਣ ਸਾਹਿਬ ਇੱਕ ਦੂਜੇ ਦੇ ਅੱਗੇ ਬਸ ਆਹ ਮੁੰਡਾ ਬੈਠਾ ਹੌਸਲੇ ਨਾਲ ਇਹ ਕਹਿੰਦਾ ਮੈਂ ਹੁਣ ਹੌਲੀ ਹੌਲੀ ਵੇਖ ਕੇ ਜਾਣਾ ਉਹ ਜੀ ਫਾਈਨਲੀ ਪੰਜਾਬ ਤੋਂ ਪਹੁੰਚ ਗਿਆ ਹਜੂਰ ਸਾਹਿਬ ਨੰਦੇੜ ਸੰਗ ਚ ਡੇ ਉਤਰਨਾ ਬਹੁਤ ਵਧੀਆ ਪ੍ਰਬੰਧ ਕਰਦੇ ਨਾ ਘੰਟੀਆਂ ਮੁਲਤੀਆਂ ਸੈਂਟਰ ਲੈਣ ਵਾਸਤੇ ਅਰਸ਼ ਉਹ ਵੀ ਆਪਣੀ ਫੈਮਿਲੀ ਲੈ ਕੇ ਆਇਆ ਜਿਹੜਾ ਕਬੱਡੀ ਖੇਡਦਾ ਪਲੇਅਰ ਉਹ ਵੀ ਉੱਥੇ ਮਿਲਿਆ ਸੀ ਇਹ ਆਪਣੀ ਸ਼ਾਹ ਜੀ ਆਹ ਹੁਣ ਸਮਾਨ ਕੱਢ ਰਹੇ ਹਾਂ ਹੁਣ ਇਹ ਤੋਂ ਬਾਅਦ ਕਮਰੇ ਚੱਲੇ ਹਾਂ ਆਪਾਂ ਆਹ ਆਹ ਵੇਖੋ ਟਰਾਲੀ ਲਿਆ ਕੇ ਵੀ ਲੋਕੀ ਆ ਗਏ ਇੱਥੇ ਆ ਚਾਚਾ 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 ਕੱਢਣ ਸਮਾਨ ਡਾਇਆ ਇਹਨੂੰ ਕੰਮ ਸਮਾਨ ਨਿਕਲ ਗਿਆ ਵਾ ਫੋਨ ਆਪਾਂ ਚੱਲੇ ਹਾਂ 509 ਨੰਬਰ ਕਮਰਾ ਮਿਲ ਗਿਆ ਬਹੁਤ ਵਧੀਆ ਪ੍ਰਬੰਧ ਆ ਪਿੰਡ ਦਾ ਨਵੀਂ ਬਿਲਡਿੰਗ ਆ ਕੰਸਟਰਕਸ਼ਨ ਚੱਲਣ ਡੀ ਅਜੇ ਦੇਖੋ ਜੀ ਬਾਬਾ ਜੀ ਨੇ ਬਹੁਤ ਵਧੀਆ ਰੂਮ ਆ ਫਸਟ ਕਲਾਸ ਤੇ ਵੇਖੋ ਜੀ ਆਉਂਦੇ ਆ ਬਾਬਾ ਜੀ ਨੇ ਸਾਫ ਸਫਾਈ ਰਹਿਣ ਸਹਿਣ ਏ ਸੀ ਰੂਮ ਇੱਧਰ ਬਾਲਕਨੀ ਆ ਵਿਊ ਇੱਥੇ ਕੱਪੜੇ ਧੋ ਕੇ ਆਪਣੇ ਪਾਉਣ ਨੂੰ ਤਾਰਾਂ ਵੀ ਲਾਈਆਂ ਅਤੇ ਵਧੀਆ ਵਾ ਇੱਧਰ ਨਿਰਭੈ ਸਿੰਘ ਹੋਣੀ ਆਣ ਕੇ ਖੁਸ਼ ਪੂਰੇ ਖੁਸ਼ੀਆਂ ਡੇ ਲੁੱਟਣ ਆਣ ਕੇ ਚਲੋ ਫਾਈਨਲੀ ਅਸੀਂ ਪਹੁੰਚ ਗਏ ਹਜੂਰ ਸਾਹਿਬ ਅਤੇ ਰੂਮ ਮਿਲ ਗਏ ਆ ਬਹੁਤ ਵਧੀਆ ਪ੍ਰਬੰਧ ਵਾ ਅਤੇ ਰਹਿਣ ਸਹਿਣ ਦੀ ਕੋਈ ਤੰਗੀ ਨਹੀਂ ਆ ਇੱਥੇ ਜਿੰਨੇ ਵੀ ਆਉਣਾ ਪਹੁੰਚ ਬਾਬਾ ਜੀ ਦੀਆਂ ਗੱਡੀਆਂ ਪਹੁੰਚ ਜਾਂਦੀਆਂ ਵਾ ਸਟੇਸ਼ਨ 'ਤੇ ਲੈਣ ਵਾਸਤੇ ਅਤੇ ਸਾਰਾ ਪ੍ਰਬੰਧ ਇੱਥੇ ਬਹੁਤ ਹੀ ਵਧੀਆ ਵਾ ਅਤੇ ਕੋਈ
ऐसी वाली गल नहीं है, तो आन के दर्शन मेले करो तो गुरु दी खुशियां प्राप्त करो। वाहेगुरू जी का खालसा, वाहेगुरू जी की फतेह।